ओके मियां और रब्बा की हाल ने लखविंद्रा ਕਿਵੇਂ ਆ? ਠੀਕ ਹੈ ਜੀ, ਬਹੁਤ ਫਰਕ ਹੈ। ਬਹੁਤ ਠੀਕ ਹੈ ਜੀ, ਬਾਹਰ ਆਏ ਹਾਂ ਜੀ। ਬਹੁਤ ਫਰਕ ਆ ਮਾਂ, ਬਾਬਾ ਨਾਨਕ ਮਿਹਰ ਕਰੇ ਮੇਰੇ ਛੋਟੇ। ਇਹ ਰੱਬ ਜੰਮਿਆ ਮਾਂ ਤੇਰੇ ਘਰੇ ਰੱਬ। ਹਾਂਜੀ, ਬਸ ਰੱਬ ਦੀ ਸੇਵਾ। ਗੁੜੀਆਂ ਨੂੰ ਕੱਲੀ ਘਰ ਲੈ ਕੇ ਆਈ ਹਾਂ ਜੀ ਇਸ ਨੂੰ। ਹਾਂਜੀ ਹਾਂ। ਗੁੜੀਆਂ ਕਿਵੇਂ ਆ? ਤਕੜੀਆਂ? ਆਪਣੇ ਉਹ ਗਿਆ ਸੀਗਾ ਨਾ, ਆਪਣੇ ਕੋਲ ਟੋਕਨ ਨੰਬਰ ਭੇਜਿਆ ਸੀ, ਵੀਡੀਓ ਭੇਜੀ ਸੀ। ਹਾਂ, ਉਹ ਭੈਣਾ ਜੀ 15 ਸਾਲ ਹੋ ਗਈ ਸੀ ਵੇਈ ਨੂੰ। ਹੂੰ, ਤੇ ਸਹੁਰੇ ਨੇ ਵਿਚਾਰਿਆਂ ਨੂੰ ਇਹਨੂੰ ਇੱਥੇ ਮਾਂ ਕੋਲੇ ਛੱਡ ਰੱਖਿਆ। ਮਾਂ ਦਾ ਕੋਈ ਹੈ ਨਹੀਂ ਸਾਰਾ अख बंद करो हुण देखो आ दिंदा तैनू दिखाई दिंदा इधर ली अख नाल ठीक है। कोई ना तुसी घबराओ ना, तुहाडी धी ने ठीक होया ना, आपां दा इलाज करावांगे, बाबा नानक मेहर करनगे सच्चे पास। ठीक है मां, 5 साल हो गए जी, दिन रात इतना पुठा सिद्धा बोलदी है ना, सोवे ना सोण दे। कोई ना, बिल्कुल ठीक हो जू, आपां दवाई भी शुरू करावांगे, तुहानू इत्थों राशन भी हर महीने मिलिया करो। ठीक है मां, इहनां दा नाम नोट करो पुत्तर राशन वास्ते। इधर आ जाओ, गुड़िया दा बेटा भी मर गया सी। ओहो, मैनू ये दसो भी किवें आ? कंगा नी करदा घरे सिर नी बहुंदा फिर इत्थे रख लिये। डॉक्टर ने दवाई बदल बदल के देनी आ, फिर ओही कहना मैं, डॉक्टर नूं दसो ये गल जाके, मैं नहीं दवाई देनी मां, डॉक्टर ने देनी दवाई। हां तुसीं उहनूं कह दिओ, गल करिओ जाके। गुरचरण जी हुण बाल ना बाहे, केस ना बाहे, फिर मैं इत्थे रख लैणा पक्का ही दिन, घरे नहीं जान देना मैं। ठीक है, बीबी दी आखी लगना। वाहेगुरु जी का खालसा। नवदीप पिछे इधर ना, इन्हां क्रिटिकल दे विच पा के माता रे ना तुरनी हुंदा इन्हां नूं। इन्हां दा बेटा अपने को रहिंदा सी, मेंटली ठीक नहीं, इन्हां नूं दवाई दवा दिओ। बैठो बेबे साइड ते चल के उत्थे चलो। हां जी, वाहे खालसा वाहे जी फतेह जी खालसा जी। कोई ना कोई निंग लैंड पिछे नूं मुड़न दे, फिर इन्हां नूं अगे बैठ जाओ, साइड तो जगह दिया करो निंगण तों अगे। हां जी, होर खालसा जी ठीक है? सेठ ठीक है, इधर आई चलो, मैं उत्थे खड़दा, उत्थे ले आई चलो कल्ले कल्ले। हां जी, इधरों अंदर पटदे कोई भी। हां जी खालसा जी, हुकम करो। तीजी वार लगाए महीने के लगाए कोई फर्क नहीं पा, उदा हो गया। कोई ना मां, देखो मां दवाईया ना जेडिया डॉक्टर चेंज कर देने कोर्स आ दवाईया, कई बार कोई दवाई फेटा कई बार नहीं फेट सैट करने ने दवाई, हम तुम डॉक्टर जाके दसनी है सारी गल, डॉक्टर दवाई चेंज कर देने बिलकुल ठीक हो जाए। कोई गल नहीं, कोई गल नहीं, घबराओ ना। है जी, सारा गोहा सिट दा, गोहा कितो चकदा सड़क गुरुद्वारे जाना,
ਜੋ ਗੰਦ ਪਹਿਲਾਂ ਆਉਂਦਾ ਨਾ ਸਾਰਾ ਹੀ ਸਿੱਟ ਦਿੱਤਾ। ਹੁਣ ਇੱਥੇ ਰੱਖ ਲਈਏ ਥੋੜੇ ਦਿਨ ਨਾਲ ਰਹੋਗੇ ਕੋਈ ਨਾ ਮਾਂ ਜਿਵੇਂ ਤੁਹਾਨੂੰ ਠੀਕ ਲੱਗਦਾ। ਦੇਖੋ ਅਸੀਂ ਤਾਂ ਤੁਹਾਡੇ ਨਾਲ ਆ, ਵਾਹਿਗੁਰੂ ਮਿਹਰ ਕਰੇ। ਜਦੋਂ ਵੀਰਾ ਗਿਆ ਸੀ ਉਦੋਂ ਤਾਂ ਬਹੁਤ ਫਰਕ ਸੀ ਪਹਿਲਾਂ ਤਾਂ। ਤੁਸੀਂ ਰੁਕ ਜਾਓ ਇੱਥੇ ਨਾਲ ਇਹਨਾਂ ਦੇ, ਆਪਾਂ ਰੱਖ ਲੈਣੇ ਇਹਨਾਂ ਨੂੰ ਇੱਥੇ ਰੱਖ ਕੇ ਦਵਾਈ ਦਿੰਨੇ ਆ। ਕਿਉਂਕਿ ਦੇਖੋ ਸਾਡੇ ਕੋਲ ਰਹਿਣ ਦਾ ਇੱਕ ਬੈਨੀਫਿਟ ਇਹ ਆ ਮਾਂ, ਹੁਣ ਤੁਸੀਂ ਅੱਜ ਦਵਾਈ ਲੈ ਕੇ ਚਲੇ ਜਾਣਾ ਅਗਲੇ ਮਹੀਨੇ ਆਉਣਾ, ਇਹ ਦਵਾਈ ਸੈੱਟ ਨਹੀਂ ਬੈਠੀ, ਦਵਾਈ ਦੇ ਨਾਲ ਫਰਕ ਨਹੀਂ ਪਿਆ। ਇੱਥੇ ਰਹੋਗੇ, ਅਸੀਂ ਅੱਜ ਦਵਾਈ ਦਿੱਤੀ ਨਹੀਂ ਫਰਕ ਪਿਆ, ਦੋ ਦਿਨਾਂ ਬਾਅਦ ਫਿਰ ਬਦਲ ਕੇ ਦੇਖਾਂਗੇ, ਫਿਰ ਤਿੰਨਾਂ ਦਿਨਾਂ ਬਾਅਦ ਫਿਰ ਬਦਲ ਕੇ ਦੇਖਾਂਗੇ। ਜਦੋਂ ਦਵਾਈ ਸੈੱਟ ਹੋ ਗਈ ਫਿਰ ਉਹ ਦਵਾਈ ਲਗਾਤਾਰ ਚੱਲੀ ਜਾ। ਖਾਲਸਾ ਜੀ ਰਹਿ ਪਊਗੇ ਸਾਡੇ ਕੋਲੇ ਸੰਭਾਲਣਾ? ਤੁਸੀਂ ਤਾਂ ਸਿਰਫ ਕੋਲੇ ਰਹਿਣਾ, ਸੰਭਾਲ ਅਸੀਂ ਆਪੇ ਲੈਣਾ ਇਹਨੂੰ। ਹਾਂਜੀ, ਕਿਵੇਂ ਰਾਜਵਿੰਦਰ ਭਾਈ? ਯਾਰ ਮਹਾਰਾਜ ਦੀ ਬੜੀ ਕਿਰਪਾ ਹੋ ਗਈ ਸੱਚੇ ਪਾਤਸ਼ਾਹ ਦੀ। ਹਾਂਜੀ ਮੈਡਮ, ਕੀ ਹੋ ਗਿਆ ਗੁਰੂ ਨੂੰ? ਮੈਨੂੰ ਵੀ ਰਾਤ ਕਹੀ ਜਾਂਦਾ ਸੀਗਾ, ਕੋਈ ਨਾ ਕਰਾ ਦਿੰਦੇ ਆ। ਹਾਂ ਇੱਥੇ ਹੋ ਜਾਣਾ ਇੱਥੇ। ਰਾਜਵਿੰਦਰ ਕਿਵੇਂ ਵੀਰੇ, ਠੀਕ ਆ? ਨਾਲ ਕੌਣ ਆਇਆ? ਤੁਸੀਂ ਆਏ ਨਾਲ? ਕੱਲੇ ਹੀ ਆਇਆ? ਠੀਕ ਆ। ਫਿਰ ਅੱਜ ਰੁਕਣਾ ਰਾਜਵਿੰਦਰ ਤੋਂ, ਜਾਣਾ ਨੀ ਗਾ ਅੱਜ ਰੁਕਣਾ ਤੋਂ। ਠੀਕ ਆ, ਠੀਕ ਆ, ਇਹਨੂੰ ਜਾਣ ਦਿਓ, ਮਿਲ ਲਿਓ ਇਹਨੂੰ, ਭੈਣ ਨੂੰ ਮਿਲਣਾ ਆ ਕੇ ਸ਼ਾਮ ਨੂੰ ਉੱਥੇ। ਠੀਕ ਆ, ਹਾਂਜੀ ਭੈਣੇ, ਹਾਂਜੀ ਨਾਲ ਕੌਣ ਆਇਆ ਤੁਹਾਡੇ? ਠੀਕ ਆ, ਕੋਈ ਨਾ ਆਪਾਂ ਡਾਕਟਰ ਨੂੰ ਮਿਲਦੇ ਆ। ਮੈਂ ਡਾਕਟਰ ਦਾ ਕੀ ਨਾਂ ਤੇਰਾ? ਗੁਰਮੇਲ ਕੌਰ। ਕੋਈ ਨਾ ਆਪਾਂ ਡਾਕਟਰ ਨੂੰ ਮਿਲ ਕੇ ਦਵਾਈ ਤਾਂ ਲਾਉਣੀ। ਠੀਕ ਆ, ਕੋਈ ਗੱਲ ਹੀ ਨਹੀਂ, ਤੂੰ ਫਿਕਰ ਨਾ ਕਰ, ਜਮਾ ਠੀਕ ਹੋ ਜਾਣਾ। ਠੀਕ ਆ, ਚਲੋ। ਹਾਂਜੀ ਵੀਰੇ ਕਿਵੇਂ? ਠੀਕ ਆ। ਹਾਂਜੀ, ਪਹਿਲੀ ਵਾਰ ਆਇਆ ਤੁਸੀਂ? ਠੀਕ ਆ, ਨਹੀਂ ਦਵਾਈ ਡਾਕਟਰਾਂ ਨੇ ਬੰਦ ਕਰਨੀ ਆ ਬਾਪੂ, ਮੈਂ ਨੀ ਕਰਨੀ। ਜਿੰਨਾ ਚਿਰ ਡਾਕਟਰ ਨੀ ਕਹਿੰਦੇ ਉਹਨਾਂ ਚਿਰ ਦਵਾਈ ਬੰਦ ਨਾ ਕਰੀ, ਬਸ ਇਹ ਮੇਰੀ ਬੇਨਤੀ ਆ। ਹੋ ਸਕਦਾ 6 ਮਹੀਨੇ ਖਾਣੀ ਪਵੇ ਹੋਰ ਇਹਨੂੰ, ਇੱਥੋਂ 1 ਮਹੀਨੇ ਚ 1 ਦਿਨ ਹੀ ਆਉਣਾ ਬਾਪੂ, ਸਿਰਫ 1 ਦਿਨ ਮਹੀਨੇ ਚ, ਹਨਾ। ਜੇ ਦੁਬਾਰਾ ਫੇਰ ਵਿਗੜ ਗਿਆ ਫੇਰ ਕੀ ਕਰਾਂਗੇ? ਜਿੰਨਾ ਟਾਈਮ ਡਾਕਟਰ ਨੀ ਕਹਿੰਦੇ ਦਵਾਈ ਨਾ ਬੰਦ ਕਰੇ, ਇਹ ਵੀ ਕਰਦਾ ਹੀ ਕੰਮ ਸਾਰਿਆਂ ਨੂੰ, ਸਾਡੇ ਨੂੰ ਦੋ ਫਿਰ ਹੁਣ ਹੁਣ ਕਰਾਉਂਦਾ ਕਿ ਨਹੀਂ? ਹੁਣ ਥੋੜਾ ਥੋੜਾ ਲੱਗ ਗਿਆ, ਮਿਹਰ ਹੋ ਗਈ ਬਾਬੇ ਨਾਨਕ ਦੀ। ਬਹੁਤ ਸਿਆਣਾ ਹੋਇਆ, ਸਿਆਣਾ ਬਹੁਤ ਕਹਿੰਦੇ ਸੀ ਮੈਨੂੰ, ਤੁਸੀਂ ਸਿਆਣਿਆਂ ਕੱਢਾ ਦਿਓ। ਅਸੀਂ ਗੁਰੂ ਘਰ ਨੂੰ ਮੰਨਦੇ ਸੀ, ਬਾਬੇ ਨਾਨਕ ਨੂੰ ਅਸੀਂ ਨਹੀਂ ਕਰਦੇ। ਇਹ ਬਾਬੇ ਨਾਨਕ ਦੇ ਲੰਗਰ ਆ। ਹਾਂਜੀ, ਉਹਦਾ ਲੰਗਰ ਸਭ ਭਾਗ ਲਾ ਤੇ ਸਾਨੂੰ ਮਹਾਰਾਜ ਸਾਡੇ ਸੇਵਾ। ਫਿਕਰ ਹੀ ਨਾ ਕਰ ਬਾਪੂ, ਵਾਹਿਗੁਰੂ ਮਿਹਰ ਕਰ। ਠੀਕ ਹੈ ਬਾਪੂ, ਹੁਣ ਠੀਕ ਆ, ਹੁਣ ਤਾਂ ਨਹੀਂ ਗੁੱਸਾ ਕਰਦਾ? ਨਹੀਂ ਨਹੀਂ, ਹੁਣ ਕੰਮ ਹੀ ਕਰ ਰਹੇ ਹਾਂ। ਕਿੱਥੋਂ ਆਉਣੇ ਤੁਸੀਂ? ਗੋਪੀਪੁਰ ਜ਼ਿਲ੍ਹਾ, ਕਪੂਰ। ਰੋਣਾ ਨੀ ਬਾਪੂ, ਰੋਣਾ ਕਾਹਤੋਂ ਯਾਰ, ਹੁਣ ਤਾਂ ਠੀਕ ਆ ਤੇਰਾ ਪੁੱਤ, ਹੁਣ ਤਾਂ ਹੌਸਲਾ ਰੱਖ। ਬਾਪੂ ਨੂੰ ਕਹਿ ਰੋ ਨਾ, ਕਹਿ ਕੋਈ ਨਾ ਪਾਪਾ ਮੈਂ ਕੰਮ ਕਰਾਉਂਗਾ ਸਾਰੇ। ਹੁਣ ਕੋਈ ਨਾ, ਕੋਈ ਨਾ, ਬਾਬੇ ਨਾਨਕ ਦੀ ਮਿਹਰ ਹੋ ਗਈ ਨਾ, ਹੁਣ ਤਾਂ ਲੱਭ ਗਿਆ ਨਾ, ਘਰੋਂ ਨੀ ਜਾਣਾ। ਅੱਛਾ ਹੈ ਜੇ ਕਿਸੇ ਦੇ ਗਲਤ ਬੰਦਿਆਂ ਨੇ ਹੱਥੇ ਚੜ ਗਿਆ ਨਾ, ਸਾਰੀ ਉਮਰ ਗੋਹਾ ਚਕਾਈ ਜਾਣਗੇ, ਛੱਡਣਾ ਨੀ। ਬਾਬੇ ਨਾਨਕ ਦੇ ਘਰ ਨੂੰ ਜਾਂਦਾ, ਹਾਂ ਰੋਣਾ ਨੀ, ਘਰੇ ਨੂੰ ਜਾਣਾ। ਅੱਛਾ ਚਲੋ, ਹਾਂਜੀ ਪਹਿਲੀ ਵਾਰ ਆਏ?
ਇੱਥੇ ਕੋਈ ਫਰਕ ਆ? ਕੀ ਫਰਕ ਆ? ਕੀ ਨਾਂ ਇਹਦਾ? ਜੋਬਨ। ਅੱਛਾ, ਕੋਈ ਨਾ, ਇਹਨਾਂ ਦੀ ਨਾ ਉਹਦੇ ਚ ਪਾਓ, ਟ੍ਰੇਨਿੰਗ ਚ ਪਾ ਲਓ, ਇਹਨੂੰ ਹੋਰ ਇੰਪਰੂਵ ਹੋ ਜੂਗਾ ਬੱਚਾ। ਇੱਥੇ 10 ਦਿਨ ਰਹਿਣਾ ਪਊਗਾ ਤੁਹਾਨੂੰ, ਇਹਨੂੰ ਨਾਲ ਰੱਖਣਾ 10 ਦਿਨਾਂ ਵਾਸਤੇ। ਇੱਥੇ ਰਹਿ ਸਕਦੇ ਹੋ? ਓਕੇ, ਚਲੋ ਅੱਜ ਨੀ, ਫਿਰ ਕਿਤੇ ਬਣਾ ਲਓ। ਅਸੀਂ ਨਾ ਬੱਚਿਆਂ ਵਾਸਤੇ ਕੈਂਪ ਲਾ ਰਹੇ ਹਾਂ, ਜਿਹੜੇ ਏਦਾਂ ਦੇ ਬੱਚੇ ਆ ਉਹਨਾਂ ਨੂੰ 10-10 ਦਿਨ ਇੱਥੇ ਰੱਖ ਕੇ ਟ੍ਰੇਨਿੰਗ ਦਿੰਦੇ ਹਾਂ, ਬੱਚਿਆਂ ਨੂੰ ਵੀ, ਬੱਚੇ ਦੇ ਮਾਂ ਬਾਪ ਨੂੰ, ਜਿਹਦੇ ਨਾਲ ਇਹਨਾਂ ਬੱਚਿਆਂ ਦੀ ਜ਼ਿੰਦਗੀ ਚੰਗਾ ਸੁਧਾਰ ਹੋ ਸਕਦਾ। ਤੇ ਤੁਸੀਂ ਜਦੋਂ ਮਰਜ਼ੀ ਬਣਾ ਲਿਓ ਸਾਡੇ ਨਾਲ, ਤੁਸੀਂ ਉਹ ਕੈਂਪ ਚ 10 ਦਿਨ ਰਹਿ ਕੇ ਇਹਨੂੰ ਬੱਚੇ ਦੀ ਟ੍ਰੇਨਿੰਗ ਕਰਾਓ, ਨਾਲ ਜਿਹੜੇ ਕੋਈ ਟੈਸਟ ਦੀ ਲੋੜ ਹੋਊਗੀ ਉਹ ਵੀ ਕਰਾ ਲਾਂਗੇ। ਠੀਕ ਹੈ, ਹੈਂਜੀ, ਅੱਜ ਨੀ ਹੋਣਾ ਟੈਸਟ, ਇੱਕ ਦਿਨ ਤੈਅ ਹੋਊਗਾ ਟੈਸਟ ਵਾਲਾ, ਉਦੋਂ ਹੋਊਗਾ ਟੈਸਟ। ਦਵਾਈ ਤਾਂ ਜਿਵੇਂ ਅੱਗੇ ਚੱਲਦੀ ਲੈ ਲਓ। ਦਫ਼ਤਰ ਚਲੇ ਜਾਓ, ਜਿਵੇਂ ਪ੍ਰਿਤਪਾਲ ਆ ਵੀਰਾ ਜਾਂ ਜਿੰਦਰ ਹੋਊਗਾ, ਉਹ ਤੁਹਾਨੂੰ ਗਾਈਡ ਕਰ ਦੇਣਗੇ, ਜਿਵੇਂ ਅੱਜ ਦੇ ਕੈਂਪ ਦੀਆਂ ਦਵਾਈਆਂ ਆ ਰਹੀਆਂ, ਦਵਾਈਆਂ ਦੇ ਵਿੱਚ ਪਾ ਦੋ, ਉਹ ਤੁਹਾਨੂੰ ਗਾਈਡ ਕਰ ਦੇਣਗੇ, ਤੁਸੀਂ ਉੱਥੇ ਚਲੇ। ਥੈਂਕ ਯੂ ਵੀਰੇ, ਸਤਿ ਸ੍ਰੀ ਅਕਾਲ। ਉਹ ਹਾਂ, ਰੋਜ਼ ਕਰੋ ਜਾਂਦਾ।